નમસ્કાર, આપ જોઈ રહ્યા છો નમસ્કાર આપ જોઈ રહ્યા છો નમસ્કાર આપ જોઈ રહ્યા છો નમસ્કાર પ્રીતિ તિવારી ન્યૂઝ લાઈવ ની શરૂઆત કરીએ છીએ. લાઈવ નજર કરીશું આજની હેડલાઈન્સ પર. ચારધામની યાત્રા સભ્યો છે ને આ મારા ભાગ્ય
ਕਿਹਾ ਦਾਰਾ ਸਪੇਰ ਪ੍ਰਭਾਵੀ ਦਾਰਾ ਸਪੇਰ ਦਾਰਾ ਸਪੇਰ ਪਾਰਟੀ ਜਨਤਾ ਪਾਰਟੀ ਦੇ ਵੋਟਾਂ ਦਾ ਬਿੱਲ ਪਾਰਟੀ ਸਪੇਰ ਰਿਪੋਰਟ ਬਲੇ ਰਿਪੋਰਟ ਬਲੇ ਸੇ ਕਮ ਹੋਰ ਪ੍ਰਤੀਨਿਧੀ ਸੇ ਕਹਾ ਹੋਰ ਪ੍ਰਤੀਨਿਧੀ ਦਾ ਪ੍ਰਸ਼ਨ ਉਠਾ ਮਾਉ ਸਾ ਪ੍ਰਸ਼ਨ ਉਠਾ ਰੇ ਉਸ ਰਿਪੋਰਟ ਨੇ ਰੇ ਵਿੱਚ ਜਵਾਬ ਆ ਕੋਈ ਨਹੀਂ ਲੇ ਜਵਾਬ ਆ ਸਾ ਦੇ ਲਈ ਸਰਕਾਰ ਸਰਕਾਰ ਨੂੰ ਮੁਝੇ ਤਿਆਰ ਕਰਵਾ ਵਿੱਚ ਸਰਕਾਰ ਪੁਲਿਸ ਮਾਰਾ ਸੱਤਾ ਪ੍ਰਭਾਵ ਨੂੰ ਨੇ ਖਾਸ ਕਰ ਦੇ ਨੇ ਖਾਸ ਕਰ ਆ ਸਕੇ ਨਾ ਖਾਸ ਕਰ ਆ ਪ੍ਰਕਾਰ ਦੀ ਬੈਠ ਪਾਵਾ ਨਹੀਂ ਚੱਲ ਜੀ ਬੈਠ ਪਾਵਾ ਜਸ ਨਾ ਪਾਵਾ ਸੇ ਪੇ ਬਲ ਪਾ ਰੋ ਕੋ ਮਗਰ ਲਾ ਜਸ ਨਾ ਪਰ ਜੀ ਕਾਇਦੋ ਬਣਾ ਔਰ ਜੀ ਕਾਇਦੋ ਬਣਾ ਇਹਨੇ ਲੈ ਨੇ ਖਾਸ ਬਾਗ ਦਾ ਸੇ ਕਰ ਦੀ ਮਿੰਟ ਸੋ ਪਾਸ ਜੀ ਦੀ ਆਕਸ਼ਪੁਰ ਖਾਈ ਪਰ ਸਕਾਇ ਜਵਾਬ ਪਾ ਪਰ ਸਕਾਇ ਜਵਾਬ ਪਾ ਜੀ ਆਧਾਰ ਨਿਤੇਂਦਰ ਮਾਇਕੇ ਆਧਾਰ ਨਿਤੇਂਦਰ ਮਾਇਕੇ ਸਮਾਦਾਰ ਹੈ ਪੰਜਣਾ ਰੋ ਕੇ ਸਤਾ ਰਣਾ ਪ੍ਰਥਮ ਦਿਵਸ ਸੇ ਠੀਕ ਹੈ ਸਰਕਾਰ ਜੀ ਜਾਤ ਐਕਸ਼ਨ ਨਾ ਨਾ ਜਾ ਪਾ ਸਕੇ ਜੀ ਦਾ ਜਵਾਬ ਪਾ ਸਕਣਾ ਹੈ ਜੇ ਮੁੱਦਾ ਉਠਾ ਰਹੇ ਤੇ ਲੈ ਕੇ ਸੇ ਸਰਕਾਰ ਨੇ ਤਿਆਰੀ ਸ਼ੁਰੂ ਕਰ ਲਈ ਸੀ ਬੈਠਕ ਸ਼ੁਰੂ ਕਰ ਲਈ ਸੀ ਆ ਬਚਾ ਦੇ ਰਸ਼ਰ ਆਈ ਤੇ ਪਹਿਲਾ ਸ਼ੁਰੂ ਕਰ ਲਈ ਦੇ ਬਾਅਦ ਆਦਰ ਸ਼ੁਰੂ ਜੀ ਮਾ ਮੁੱਦਾ ਆਧਾਰ ਨੇ ਕਿਹਾ ਵਿਭਾਗ ਦਾ ਰਸ਼ਨ ਹੈ ਲੈ ਕੇ ਪੜਾ ਪ੍ਰਸ਼ਨ ਇੱਕ ਬੈਠਕ ਪਰ ਦੀ ਹਤੇ ਸਮੀਖਿਆ ਕਰੀ ਹਤੀ ਜੀ ਮਾ ਗੁਰੂ ਪੰਚਾਇਤ ਰਾਜ ਜਿਲ੍ਹਾ ਪ੍ਰਧਾਨ ਰਾਜ ਜਿਲ੍ਹਾ ਇੱਕ ਬੈਠਕ ਬੁਲਾਵਾ ਮਾ ਦੀ ਜੀ ਮਾ ਸਾਮਾਨਯ ਵਹੀਵਟੀ ਵਿਭਾਗ ਮਾਰਗ ਵਿਭਾਗ ਨਾ ਰਾਜ ਮਾ ਇੱਕ ਬੈਠਕ ਬੁਲਾਵਾ ਇੱਕ ਮੈਸੂਰ ਵਿਭਾਗ ਮੈਸੂਰ ਨਰਮਦਾ ਨਾ ਮੈਸੂਰ ਨਰਮਦਾ ਦਾ ਬੁਲਾਵਾ ਮਾ ਆਸ਼ਰੇ ਆਮ ਮਹੱਤਵਪੂਰਨ ਜਨ ਸਮਸਿਆ ਤੇ ਲੈ ਕੇ ਇੱਕ ਅਸ਼ਰੇ ਪਹਿਲਾ ਕਿ ਜੁਜ ਸਰਾਇ ਦਾ ਅਸ਼ਰ ਉਠਾਈ ਸੇ ਪਹਿਲਾ ਬੈਠਕ ਬੁਲਾਵਾ ਮਾ ਆਸ਼ਰੇ ਬੁਲਾਵਾ ਇੱਕ ਬੜੇ ਪ੍ਰਸ਼ਨ ਆ ਰਹੇ ਦਲਿਕ ਮੁੱਦਾ ਉੱਪਰ ਗਈ ਦੀ ਰੰਡੇ ਜੀ ਤਾਂ ਕਾ ਬੜੇ ਨਹੀਂ ਅਸ਼ਰੇ ਤੇ ਲਾਈ ਕਰਵਾ ਮਾ ਰਹੇ ਅਸ਼ਰੇ ਕਰਵਾ ਮਾ ਰਹੇ ਉਹਨਾਂ ਨੇ ਕਿ ਆ ਪਹਿਲੀ ਵਾਰ ਵਿੱਚ ਸਰਾਇ ਕੇ ਜਾ ਰਹੇ ਸਰਾਇ ਕੇ ਜਾ ਰਹੇ ਆ ਦਜ ਸ਼ਤਰ ਜਲਾ ਸਰਾਇ ਸ਼ਤਰ ਦੇ ਨਾਲ ਪ੍ਰਥਮ ਦਿਵਸ ਵਿੱਚ ਪੂਰਾ ਵਿਧਾਇਕ ਜੈਸ਼ੇ ਕੋਈ ਰਜਵਾ ਮਾ ਆਸ਼ਰੇ ਦੇ ਸਰਾਇ ਅਸ਼ਰੇ ਗਵਾ ਮਾ ਐਮਐਲਏ ਮਾ ਬਿੱਲ ਅਭਿਆਸ ਮਾ ਚਾ ਪਾਈ ਲੋ ਅਭਿਆਸ ਪਰ ਲੇ ਪਰ ਬੋਲ ਰਿਹਾ ਕਿ ਦੇ ਪ੍ਰਥਮ ਦਿਵਸ ਦਿਵਸ ਦੇ ਉਪਾੜੇ ਮਾ ਆਸ਼ਰੇ ਉਪਾੜੇ ਨਾਲ ਲੈ ਦੇ ਜੈਸ਼ੇ ਦੇ ਰਜਵਾ ਮਾ ਆਸ਼ਰੇ ਰਾਜਪਾਲ ਦਾ ਭਾਸ਼ਣ ਰਾਜ ਵਿਧਾਨ ਸਭਾ ਮਾ ਜੈ ਪਰ ਲਿਖ ਦੇ ਜੈਸ਼ੇ ਦੇ ਵਿਧਾਨ ਸਭਾ ਮਾ ਵਿਧਾਨ ਸਭਾ ਮਾ ਸੂਰਤ
ના વરાછા વિસ્તારના ભાજપના ધારાસભ્ય કુમાર કાનાણી અને ખાનગી લક્ઝરી બસ કંપનીઓ આમને સામે આવ્યા છે. ધારાસભ્ય કુમાર કાનાણીની ફરિયાદ બાદ હવે ખાનગી બસ અસોસિએશન દ્વારા મહત્વનો નિર્ણય લેવામાં આવ્યો છે. આજથી એક પણ ખાનગી બસ સુરત શહેરમાં પ્રવેશ કરશે નહીં. હવે તમામ બસ સુરતની બહાર વાલપાટિયાથી ઉપાડશે. શહેરના મુસાફરોએ વાલપાટિયા પહોંચવા પડશે. જાહેરનામા ની સમય અવધિમાં પણ ખાનગી બસ પ્રવેશ કરશે નહીં. આજે પહેલા જ દિવસે સૌરાષ્ટ્ર ઉત્તર ગુજરાતની આવતી બસો વાલપાટિયા અડવાલે દેવામાં આવી હતી. બસોમાંથી મુસાફરોને વાલપાટિયા પાસે નિવાલી દેવાયા હતા, જેના કારણે હજારો મુસાફરો વાલપાટિયા પર રજડી પડ્યા હતા. ખરેખર જે છે
સુરતમાં કૂતરા કરડવાના બનાવો વટવાજો જાવા મેયર હેમાલી ભૂખાવાલાએ ડોક્ટર કમિશનર ડેપ્યુટી કમિશનર ડોક્ટર આશીષ નાયક સહિત ઉચ્ચ અધિકારીઓ સાથે બેઠક યોજી નક્કર પગલાની સૂચના આપી છે. ખસીકરણના ઓપરેશનમાં વધારો અપાય તે મુજબ ઇન્ફ્રાસ્ટ્રક્ચર ઉભું કરી પાંજરાની કેપેસિટી પણ વધારાશે. અત્યારે ખાજોદ ડાયમંડ બુશ માર્ગ કુતરાના હુમલાનો શિકાર બનેલી ગાંઠીના માથાના ભાગની વાડ શામલી સહિત વાડ ફાડીના હાથોપાથી ફરિયાદ નથી કરતો, કાયદે
પાટણ જિલ્લાના આવા ગ્રામ્ય વિસ્તારોમાં લોકોની પીવાનું પાણી પહોંચાડવા સરકાર કટિબદ્ધ છે, પરંતુ સ્થાનિક વહીવટી કાર્ય પદ્ધતિને લઈને આજે શિવાલાના ગ્રામ્ય વિસ્તારોમાં પીવાના પાણીની એક બોન માટે બોન દર્શી રહ્યા છે. ત્યારે આગામી ઉનાળાની કાળવાળ ગરમીની વચ્ચે ગ્રામજનોને પાણીના જળપાટ કરવી પડે તેવી પરિસ્થિતિ ન સર્જાય તે જરૂરી છે. નીરવ ચક્રવર્તી, નીરવ ચક્રવર્તી ન્યૂઝ. બચાવ થયેલો છે,
બંને આરોપીઓને બંને આરોપીઓને કોર્ટમાં રજૂઆત કરવાની તજવીજ